ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਮਾਛੀਵਾੜਾ ਪੁਲਿਸ ਵੱਲੋਂ ਇੱਕ ਕਿਲੋ ਅਫੀਮ ਸਮੇਤ ਸ਼ਹਿਰ ਦੇ ਫਲ ਵਿਕਰੇਤਾ ਸ਼ੰਕਰ ਕੁਮਾਰ ਅਤੇ ਖੰਨਾ ਸਬਜ਼ੀ ਮੰਡੀ ਦੇ ਆਰਤੀ ਰੋਹਿਤ ਸੇਠੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਨੂੰ ਸੰਬੋਧਨ ਕਰਦਿਆਂ ਸਹਾਇਕ ਥਾਣੇਦਾਰ ਦਰਸ਼ਨ ਲਾਲ ਅਤੇ ਬਲਦੇਵ ਰਾਜ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਛੀਵਾੜਾ ਦੇ ਮੁੱਖ ਚੌਂਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਕਿ ਪੈਦਲ ਆ ਰਹੇ ਦੋ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਵਾਪਸ ਮੁੜਨ ਲੱਗੇ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਲਿਆ ਗਿਆ ਅਤੇ ਤਲਾਸ਼ੀ ਦੌਰਾਨ 1 ਕਿਲੋ ਅਫੀਮ ਬਰਾਮਦ ਕੀਤੀ ਗਈ ਜੋ ਕਿ ਵੱਖ ਵੱਖ ਇਲਾਕੇ ਵਿੱਚ ਸਪਲਾਈ ਕਰਨੀ ਸੀ। ਮਾਛੀਵਾੜਾ ਸਾਹਿਬ ਤੋਂ ਸੁੱਚਾ ਬੰਗੜ ਦੀ ਰਿਪੋਰਟ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹਨਾਂ ਕੋਲ ਕਿਲੋ ਖੀਰ ਬਰਾਮਦ ਹੋਈ ਹੈ ਅਤੇ ਸ਼ੰਕਰ ਹੈ ਜਿਹੜਾ ਉੱਥੇ ਗੁਰਜੀ ਗੱਲ ਕਰਦਾ ਅਤੇ ਦੂਜਾ ਮੋਹਿਤ ਰੋਹਿਤ ਸੇਠੀ ਇਹ ਖੰਨਾ ਸਬਜ਼ੀ ਮੰਡੀ ਦੀ ਗੱਲ ਕਰਦਾ। ਇਹਨਾਂ ਕੋਲ ਕਿੰਨੀ ਫੀਮ ਬਰਾਮਦ ਹੋਈ ਜੀ? 1 ਕਿਲੋ ਫੀਮ ਬਰਾਮਦ। ਅੱਛਾ, ਹੋਰ ਕੁਛ ਪਤਾ ਲੱਗਿਆ ਜੀ ਇਹਨਾਂ ਤੋਂ? ਹੋਰ ਕੁਛ ਜ਼ਿਆਦਾ ਮੁਕੱਦਮਾ ਦਾ ਜਿਹੜਾ ਪੁਲਿਸ ਹੋ ਰਹੀ।